ਬਾਈ ਜਿਹੜੇ 12 ਮੁੰਡੇ ਆਪਾਂ ਡੌਂਕੀ ਲਵਾ ਕੇ ਬਾਹਰ ਭੇਜੇ ਸੀ ਨਾ ਉਹਨਾਂ ਚੋਂ 8 ਮਰ ਗਏ ਐਂ ਤਾਂ ਆਪਣਾ ਕੰਮ ਹੀ ਬੰਦ ਹੋ ਜੂ ਜਦ ਤੱਕ ਮੁੰਡਿਆਂ ਨੇ ਬਾਹਰ ਜਾਣੋਂ ਨਹੀਂ ਹਟਣਾ ਆਪਣਾ ਕੰਮ ਨਹੀਂ ਬੰਦ ਹੁੰਦਾ ਕੁੜੀਆਂ ਵੀ ਚੋਲੇ ਅਮਰੀਕਾ ਦੀ ਫਾਈਲ ਨੂੰ ਲੱਗਦੇ ਆ 10 ਤੋਂ 12 ਸਾਲ ਫਿਰ ਭਾਜੀ ਫਿਰ ਤੂੰ ਐਂ ਕਰ ਛੋਟੀ ਕੰਟਰੀ ਦਾ ਵੀਜ਼ਾ ਵਾਲਾ ਨਹੀਂ 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 ਭਾਜੀ ਮੈਂ ਅਮਰੀਕਾ ਜਾਣਾ ਭਾਜੀ ਮੈਂ ਮਤਲਬ ਉੱਚੀ ਸੋਚ ਵਾਲਾ ਪਿੰਡ ਵਿੱਚ ਵੱਜਣ ਲਾ ਦੂੰ ਮੈਂ ਅਮਰੀਕਾ ਵਾਲਿਆਂ ਦੇ ਭਾਜੀ ਅਮਰੀਕਾ ਕਿਹੜੇ ਪਾਸੇ ਇਸ ਪਾਸੇ ਪੰਜਾਬੀ ਚ ਗੱਲ ਕਰ ਲਾ ਭਰਾਵਾ ਅੰਗਰੇਜ਼ੀ ਅੰਗਰੂਜੀ ਨਹੀਂ ਆਉਂਦੀ ਤੂੰ ਵੀ ਪੰਜਾਬੀ ਯਾਰ ਜਿਸ ਹਿਸਾਬ ਨਾਲ ਪੰਜਾਬੀ ਟੱਕਰਨ ਡਿਆ ਮੈਨੂੰ ਲੱਗਦਾ ਏਜੰਟ ਕਿਤੇ ਸਾਨੂੰ ਤਰਨ ਤਾਰਨ ਤੇ ਨਹੀਂ ਲਾ ਗਿਆ ਮੈਂ ਤਾਂ ਸਿੱਧੀ ਫਲੈਟ ਏ ਮੈਂ 8 ਲੱਖ ਸਪੈਸ਼ਲ ਜਾਣ ਦਾ ਦਿੱਤਾ ਭਾਜੀ 8 ਲੱਖ ਰੁਪਏ ਗੋਡੇ ਚਲਾਉਂਦੇ ਥੋੜਾ ਦਿੱਤੇ ਭਾਈ ਤੁਹਾਨੂੰ ਮੈਂ ਅੰਨੀ ਦਾ ਬੱਚਾ ਪਿੰਨੀਆਂ ਵੀ ਨਾਲ ਲੈ ਗਿਆ ਨਾ ਛਾਤੇ ਨਸਰਾਂ ਨਾ ਕੋਈ ਚੀਜ਼ ਉੱਤੇ ਲੈਣ ਲਈ ਆਖਰ ਮੈਂ ਤੇਰਾ ਗੈਸਟ ਹਾਂ ਤੂੰ ਦੀ ਸਾਲੀ ਦਾ ਮੁੰਡਾ ਆਈ ਡੋਨਟ ਲਾਈਕ ਦਿਸ ਬੁਲਸ਼ਿਟ ਸਾਗਲੋਸ ਏ ਜੇ ਨਾ ਦਾ ਕੁੱਕ ਕਹਿੰਦਾ ਆ ਜਾਓ ਸਾਗ ਖਾ ਲਓ ਮੈਂ ਸੁਣਿਆ ਇੱਧਰ ਗੁਰਦੇ ਕਰਦੇ ਕੱਢ ਲੈਂਦੇ ਨੇ ਉਹ ਮੇਰਾ ਗੁਰਦਾ ਇਹਨਾਂ ਦੇ ਕਿਸੇ ਕੰਮ ਦਾ ਨਹੀਂਗਾ ਉਹਦੇ ਚ ਪੱਥਰੀ ਏ ਤੂੰ ਇਹਨਾਂ ਨੂੰ ਕਹਿ ਗੁਰਦਾ ਰਹਿਣ ਦੇ ਪੱਥਰੀ ਕੱਢ ਦੇ ਪਾਸਪੋਰਟਸ ਓਏ ਇਮੀਗ੍ਰੇਸ਼ਨ ਵਾਲੇ ਨੇ ਯਾਰ ਨਹੀਂ ਡੋਂਕਰ ਅੱਛਾ ਮੇਰੀ ਗੱਲ ਸੁਣੋ ਇੱਥੇ ਮਾਫੀਆ ਪੈਂਦਾ ਜੀ ਉਹ ਯਾਰ ਪੈ ਜਾਵੇ ਮਾਫੀਆ ਮੇਰੇ ਕੋਲ ਨਹੀਂ ਜਗ੍ਹਾ ਮੇਰੇ ਨਾਲ ਪਾ ਦੇ ਜਿਹੜੇ ਗੋਲੀ ਮਾਰ ਕੇ ਪੈਸੇ ਖੋ ਲੈਂਦੇ ਨੇ ਅਭੀ ਕੀ ਹੋਇਆ ਇਹਨੂੰ ਵੀਰੇ ਥੱਕ ਗਿਆ ਭਾਈ ਤੁਹਾਨੂੰ ਪਤਾ ਸੀ ਰਾਹ ਚ ਆ ਸਾਰਾ ਕੁਝ ਹੋਣਾ ਪਤਾ ਤੁਸੀਂ ਵੀਰੇ ਆ ਨਾਲੇ ਪਿੱਛੇ ਕਿਹੜਾ ਬੱਚੇ ਦਾ ਕੋਈ ਫਿਊਚਰ ਹੈ ਸਾਰਾ ਖਾਣਾ ਪੀਣਾ ਮੁੱਕ ਗਿਆ ਇਹ ਬ੍ਰੈਡ ਬਚੀ ਹੈ ਇਹ ਹੁਣ ਪਤਾ ਨਹੀਂ ਮੈਂ ਖਾਰੇ ਨਾਲ ਲਾ ਕੇ ਖਾਣੀ ਵੀਰੇ ਕੁਝ ਖਾਣ ਨੂੰ ਹੈ ਬੱਚੇ ਨੂੰ ਭੁੱਖ ਲੱਗੀ ਹੈ ਛਾਲੇ ਉੱਠੀ ਦਰਿਆਵਾਂ ਦੀ ਵੀਰੇ ਮੇਰੇ ਪਿੰਡ ਦਾ ਸੀ ਵੀਰੇ ਜੋ ਹੋਇਆ ਉਹਨੂੰ ਭੁੱਲ ਜਾਓ ਪਰ ਹੁਣ ਲਾਸ਼ ਨੂੰ ਪਛਾਣੀ ਨਾ ਨਹੀਂ ਤਾਂ ਕੰਟਰੀ ਆਊਟ ਨਹੀਂ ਜੇ ਮਿਲਣਾ ਸਫਰਾਂ ਤੇ ਪੁੱਤ ਤੋੜ ਕੇ ਇੱਥੇ ਵੀ ਮੈਂ ਮੈਨੂੰ ਤਾਂ ਮਹੀਨਾ ਹੋ ਗਿਆ ਬਾਈ ਇੱਥੇ ਧੱਕੇ ਖਾਂਦਿਆਂ ਨੂੰ ਏਜੰਟ ਨੇ ਡੌਂਕਰ ਨੂੰ ਪੈਸੇ ਨਹੀਂ ਭੇਜੇ ਉਹਨਾਂ ਨੇ ਮੈਨੂੰ ਕੁੱਟਿਆ ਬਾਈ ਅੱਖ ਲੱਗਦੀ ਨਹੀਂ ਲੱਗਦੀ ਨਹੀਂ ਮਾਵਾਂ ਦੀ ਰਾਜ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਮਨ ਖੁਦਾਂ ਤਨਹਾਈ ਤਰਾ ਮੇਰਾ ਮਮਰੀ ਓਏ ਹੋਏ ਕਹਿ ਰਹੀ ਹੈ ਮੇਰਾ ਬਿਨੋਈ ਬੜਾ ਜ਼ਾਲਮ ਹੈ ਮੇਰੀ ਬਹਿਣ ਤੇ ਜ਼ੁਲਮ ਕਰਦਾ ਤੂੰ ਤੇ ਇੰਜ ਕਹਿੰਦਾ ਜਿਵੇਂ ਤੈਨੂੰ ਸਾਰੀ ਸਮਝ ਲੱਗ ਗਈ ਮੈਂ ਪੁੱਛਣਾ ਉਹਨੂੰ ਤੂੰ ਅਮਰੀਕਾ ਕੀ ਲੈਣ ਜਾ ਰਹੀ ਮਮਾ ਮਮਾ ਖਾਨਵਾਦਾਂ ਹਮੇਸ਼ਾ ਉਹਦੇ ਮਾਮੇ ਨੇ ਬੁਲਾਇਆ